ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਟੂਡੇ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਸੂਬੇ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਨਵੀਂ ਅਪਡੇਟ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖੀ ਤੱਕ ਜਰੂਰ ਸੁਣਾਤਾ ਹਾਂ ਜੇ ਤੁਹਾਡੇ ਕੋਲ ਮੌਸਮ ਸੰਬੰਧੀ ਕੋਈ ਵੀ ਤਾਜ਼ਾ ਜਾਣਕਾਰੀ ਮਿਸਣਾ ਹੋ ਸਕੇ ਤੇ ਨਾਲ ਹੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤ ਵੀਰਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲੀਏ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਮੌਸਮ ਦੀ ਤਾਜ਼ਾ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸੋ ਜਣ ਮੌਸਮ ਦੀ ਤਾਜ਼ਾ ਨਵੀਂ ਅਪਡੇਟ ਆ ਰਹੀ ਹੈ ਹੁਣੇ-ਹੁਣੇ ਮੌਸਮ ਬਾਰੇ ਆਈ ਵੱਡੀ ਖਬਰ ਪੰਜਾਬ ਚ ਲਗਾਤਾਰ ਪਵੇਗਾ ਮੀਂਹ ਹੋ ਜੋ ਤਿਆਰੇ ਖਬਰ ਆ ਰਹੀ ਜੀ ਪੰਜਾਬ ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਇਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਚ ਹੋਈ ਭਾਰੀ ਬਾਰਸ਼ ਨੇ ਮੀਂਹ ਤੇ ਜਲ-ਥਲ ਕਰ ਦਿੱਤੀ ਹੈ ਤੇ ਮੌਸਮ ਸੁਹਾਵਣਾ ਬਣਿਆ ਹੋਇਆ ਤੇ ਪੰਜਾਬ ਚ ਕੱਲ 8.2 ਮਿਲੀਮੀਟਰ ਵਰਖਾ ਹੋਈ ਤੇ ਸਭ ਤੋਂ ਜ਼ਿਆਦਾ ਵਰਖਾ 40.6 ਮਿਲੀਮੀਟਰ ਪਟਿਆਲਾ ਜ਼ਿਲ੍ਹਾ ਵਿਖੇ ਪਾਈ ਗਈ ਤਾਂ ਉਸ ਦੇ ਨਾਲ ਹੀ ਮੀਂਹ ਤੋਂ ਬਾਅਦ ਹਾਲਾਤ ਇਹ ਹੈ ਕਿ ਪਟਿਆਲਾ ਦੇ ਪਵਾਨੀ ਘਰ ਚ ਭਾਰੀ ਬਰਸ਼ ਤੋਂ ਬਾਅਦ ਪਾਣੀ ਪਾਣੀ ਹੋ ਗਿਆ ਤੇ ਉਧਰ ਮਾਲਵਾ ਖਿੱਤੇ ਦੇ ਕਈ ਗਿਲਿਆਂ ਚ ਮੀਂਹ ਡਾਕ ਰਹੀ ਹੈ ਤੇ ਪੰਜਾਬ ਚ ਪਏ ਮੀਂਹ ਤੋਂ ਬਾਅਦ ਪਾਵਰ ਕਾਮ ਨੂੰ ਵੀ ਵੱਡੀ ਰਾਹਤ ਮਿਲੀ ਹੈ ਤੇ ਜਿਸ ਦੇ ਨਾਲ ਹੀ ਸੂਬਾ ਵਾਸੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਵਿਭਾਗ ਮੁਤਾਬਕ ਹਰਿਆਣਾ ਅਤੇ ਪੰਜਾਬ ਚ ਮੌਸਮ ਸਾਵਣਾ ਰਹਿਣ ਦੇ ਅਸਰ ਹਰ ਤੇ ਉਧਰਲੇ ਮਾਚਰ ਪਰ ਦੇ ਚ ਮੌਨਸੂਨ ਨੇ ਰਫਤਾਰ ਫੜ ਲਈ ਹੈ ਤੇ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਚ ਬੀਤੇ 24 ਘੰਟਿਆਂ ਚ ਮਹਾਲੇਦਰ بارش ਦਾ ਦੌਰ ਜਾਰੀ ਰਹੇਗਾ ਤੇ ਇਸ ਹੀ ਆਪਣੇ ਅੱਜ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੀ ਯਾਰਾਂ ਮਿੱਤਰਾਂ ਬੀਲੀਆਂ ਨਾਲ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਮੌਸਮ ਦੀ ਤਾਜ਼ਾ ਜਾਣਕਾਰੀ ਬਾਰੇ ਪਤਾ ਚੱਲ ਸਕੇ ਤੇ ਨਾਲ ਹੀ ਆਪਣੇ ਇਲਾਕੇ ਦੀ ਗਰਾਊਂਡ ਰਿਪੋਰਟ ਨੂੰ ਕਮੈਂਟ ਵਿੱਚ ਜਰੂਰ ਦੱਸਣਾ ਤਾਂ ਜੋ ਸਾਨੂੰ ਵੀ ਤੁਹਾਡੇ ਕੋਲੋਂ ਮਾਹੌਲ ਦੀ ਤਾਇ ਜਾਣਕਾਰੀ ਮਿਲਦੀ ਰਹੇ ਤੇ ਧੰਨਵਾਦ ਜੀ